ਸਭ ਤੋਂ ਪਹਿਲਾਂ ਪਿੰਡ ਦੁਗਣੀ ਵਿੱਚ ਮੌਜੂਦ ਸਾਰੀ ਸੰਗਤ, ਸਾਰੇ ਮੇਰੇ ਬਜ਼ੁਰਗ, ਸਾਰੇ ਮੇਰੇ ਨੌਜਵਾਨ ਦੋਸਤ, ਇਹ ਸਾਰੇ ਬੱਚੇ ਅਤੇ ਸਾਡੀਆਂ ਮਾਤਾਵਾਂ ਭੈਣਾਂ ਜੋ ਮੇਰੀ ਆਵਾਜ਼ ਸੁਣ ਰਹੀਆਂ ਨੇ, ਸਭ ਤੋਂ ਪਹਿਲਾਂ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਅਤੇ ਇਸੇ ਤਰ੍ਹਾਂ ਹਮੇਸ਼ਾ ਮੈਨੂੰ ਪਿਆਰ ਬਖਸ਼ਦੇ ਰਹੋ ਤਾਂ ਕਿ ਮੇਰੇ ਹੌਸਲੇ ਬੁਲੰਦ ਰਹਿਣ। ਦੁਗਣੀ ਨਾਲ ਮੇਰਾ ਵਾਸਤਾ ਅੱਜ ਦਾ ਨਹੀਂ, ਜਦੋਂ ਦਾ ਮੈਂ ਇੱਥੇ ਰਾਜਨੀਤਿਕ ਲਾਈਨ ਨਾਲ ਜੁੜਿਆ ਉਦੋਂ ਦਾ ਮੈਂ ਇਸ ਪਿੰਡ 'ਚ ਆਉਣਾ ਅਤੇ ਇਸੇ ਥੜੇ 'ਤੇ ਖੜ ਕੇ ਮੈਂ ਬੋਲਦਾ। ਫਰਕ ਸਿਰਫ ਇੰਨਾ ਕਿ ਪਹਿਲਾਂ ਮੈਂ ਬਾਕੀ ਕੈਂਡੀਡੇਟਾਂ ਲਈ ਵੋਟਾਂ ਮੰਗਦਾ ਸੀ, ਅੱਜ ਮੈਂ ਖੁਦ ਆਪਦੇ ਲਈ ਤੁਹਾਡੇ ਤੋਂ ਵੋਟ ਮੰਗਣ ਆਇਆ। ਜਦੋਂ ਵੀ ਕਦੇ ਦੁਗਣੀ ਵਾਸੀਆਂ ਨੂੰ ਲੋੜ ਪਈ ਆ, ਚਾਹੇ ਮੈਂ ਪਾਵਰ 'ਚ ਨਹੀਂ ਸੀ ਪਰ ਮੈਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਿਆ ਅਤੇ ਤੁਸੀਂ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋ ਹਮੇਸ਼ਾ, ਇਹਦਾ ਮੈਂ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ। ਬਾਨਵੇਂ ਤੋਂ ਲੈ ਕੇ 2017 ਆ ਗਿਆ ਪਰ ਅੱਜ ਤੱਕ ਸਿਰਫ 92 'ਚ ਲੋਕਲ ਕੈਂਡੀਡੇਟ ਨੂੰ ਟਿਕਟ ਮਿਲੀ ਸੀ ਪਾਰਟੀ ਵੱਲੋਂ, ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਟਿਕਟ ਨਹੀਂ ਦਿੱਤੀ। ਪਰ ਇਸ ਵਾਰ ਤੁਹਾਡੇ ਆਪਣੇ ਛੋਟੇ ਵੀਰ ਨੂੰ, ਤੁਹਾਡੇ ਇਸ ਬੱਚੇ ਨੂੰ ਪਾਰਟੀ ਨੇ ਟਿਕਟ ਦੇ ਕੇ ਮੌਕਾ ਦਿੱਤਾ ਤੁਹਾਡੀ ਸੇਵਾ ਕਰਨ ਦਾ, ਅਤੇ ਮੈਂ ਵੀ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜੀਆਂ ਉਮੀਦਾਂ ਲੈ ਕੇ ਤੁਸੀਂ ਮੇਰੇ ਨਾਲ ਤੁਰੇ ਹੋ, ਜਿਹੜੀਆਂ ਉਮੀਦਾਂ ਮੇਰੇ ਤੋਂ ਮੇਰੀ ਪਾਰਟੀ ਨੂੰ ਨੇ, ਉਹਨਾਂ 'ਤੇ ਮੈਂ ਖਰਾ ਉਤਰੂੰਗਾ। ਅੱਜ ਦੀ ਜੇ ਮੈਂ ਗੱਲ ਕਰਾਂ, ਇੱਕ ਪਾਸੇ ਉਮੀਦਵਾਰ ਮੈਂ ਹਾਂ ਜੋ ਤੁਹਾਡੇ ਹਲਕੇ ਦਾ ਜੰਪਲ ਹਾਂ, ਪਿੰਡ ਪੁੰਨਾਲ 'ਚੋਂ ਮੈਂ ਜੰਮਿਆ ਪਲਿਆ ਅਤੇ ਧੂਰੀ ਹਲਕੇ ਦੇ ਵਿੱਚ ਰਹਿਣ ਵਾਲਾ, ਅਤੇ ਦੂਜੇ ਪਾਸੇ ਦੋਵੇਂ ਕੈਂਡੀਡੇਟ ਜੋ ਕਿ ਬਾਹਰਲੇ ਹਲਕਿਆਂ ਨਾਲ ਸੰਬੰਧਿਤ ਨੇ, ਉਹਨਾਂ ਨੂੰ ਟਿਕਟ ਦੇ ਕੇ ਸਾਡੇ 'ਤੇ ਥੋਪਿਆ ਗਿਆ। ਮੈਂ ਪੁੱਛਣਾ ਚਾਹੁੰਦਾ ਕਿ ਸਾਡਾ ਇਹ 1.5 ਲੱਖ ਵੋਟਰ, ਕਿ ਇਹਨਾਂ ਬਾਕੀ ਪਾਰਟੀਆਂ ਨੂੰ ਸਾਡੇ 'ਚੋਂ ਕੋਈ ਇਹੋ ਜਿਹਾ ਇਨਸਾਨ ਨਹੀਂ ਮਿਲਦਾ ਜਿਹੜਾ ਇਹ ਅਸੈਂਬਲੀ ਨੂੰ ਸਹੀ ਢੰਗ ਨਾਲ ਚਲਾ ਸਕੇ। ਮੈਂ ਜਨਮ ਵੀ ਇੱਥੇ ਲਿਆ ਅਤੇ ਮੈਂ ਮਰੂੰਗਾ ਵੀ ਇਸੇ ਧਰਤੀ 'ਚ, ਮੈਂ ਕਦੇ ਤੁਹਾਡੇ ਤੋਂ ਭੱਜਣਾ ਨਹੀਂ। ਪਾਰਟੀ ਨੇ ਬਹੁਤ ਵੱਡਾ ਮਾਣ ਬਖਸ਼ਿਆ, ਉਹਦੇ ਲਈ ਮੈਂ ਉਹਨਾਂ ਦਾ, ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ, ਅਤੇ ਖਾਸ ਕਰਕੇ ਜਿਹੜੇ ਮੈਂ ਤੁਹਾਡੇ ਲਈ ਕੰਮ ਕਰੇ ਨੇ ਉਹਨਾਂ ਦੀਆਂ ਦੁਆਵਾਂ ਸਦਕਾ ਜੇ ਟਿਕਟ ਮਿਲੀ ਆ ਤਾਂ ਉਹਨਾਂ ਦੀਆਂ ਦੁਆਵਾਂ ਸਦਕੇ ਮਿਲੀ ਆ ਜੇ ਮੈਂ ਇੱਥੇ ਖੜ ਕੇ ਬੋਲਣ ਜੋਗਾ ਹੋਇਆ। ਜੇ ਮੈਂ ਲੋਕਾਂ ਦੇ ਕੰਮ ਆਇਆ, ਪੈਨਸ਼ਨਾਂ ਲਗਵਾਈਆਂ, ਗਰੀਬ ਮੇਰੀਆਂ ਭੈਣਾਂ ਦੇ ਵਿਆਹ ਕਰੇ ਤਾਂ ਉਹਨਾਂ ਭੈਣਾਂ ਦੀਆਂ ਦੁਆਵਾਂ ਮੈਨੂੰ ਲੱਗੀਆਂ ਤਾਂ ਮੈਨੂੰ ਅੱਜ ਟਿਕਟ ਮਿਲੀ ਆ, ਜਾਂ ਜਿਨ੍ਹਾਂ ਦੀਆਂ ਬਜ਼ੁਰਗਾਂ ਦੀਆਂ ਮੈਂ ਪੈਨਸ਼ਨਾਂ ਲਗਵਾਈਆਂ ਅੱਜ ਉਹਨਾਂ ਦੀਆਂ ਦੁਆਵਾਂ ਕਰਕੇ ਮੈਨੂੰ ਟਿਕਟ ਮਿਲੀ ਆ, ਜਾਂ ਜਿਹੜੇ ਨੌਜਵਾਨ ਵੀਰਾਂ ਦਾ ਮੈਂ ਹਮੇਸ਼ਾ ਸਾਥ ਦਿੱਤਾ ਉਹਨਾਂ ਦੇ ਪਿਆਰ ਸਦਕਾ ਅੱਜ ਮੈਨੂੰ ਇੱਥੇ ਟਿਕਟ ਮਿਲੀ ਆ, ਜਿਹਦੇ ਕਾਰਨ ਮੈਂ ਤੁਹਾਡੇ 'ਚ ਖੜ ਕੇ ਬੋਲ ਰਿਹਾ। ਬਹੁਤ ਲੀਡਰ ਆਉਂਦੇ ਨੇ, ਮੈਂ ਵੀ ਸੁਣਦਾ ਰਿਹਾ, ਤੁਸੀਂ ਵੀ ਸੁਣਦੇ ਰਹਿੰਦੇ ਹੋ, ਆਪਾਂ ਥੱਕ ਚੁੱਕੇ ਹਾਂ ਗੱਲਾਂ ਸੁਣ ਸੁਣ ਕੇ ਅਕਾਲੀ ਦਲ ਸਰਕਾਰ ਦੀ। ਪਿਛਲੇ 10 ਸਾਲਾਂ ਤੋਂ ਆਪਣੇ ਪੰਜਾਬ 'ਚ ਰਾਜ ਕਰ ਰਹੇ ਨੇ, ਹਰ ਇੱਕ ਵਰਗ ਇਹਨਾਂ ਨੇ ਦੁਖੀ ਕਰਤਾ, ਚਾਹੇ ਉਹ ਵਪਾਰੀ ਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਨੌਜਵਾਨ ਆ, ਚਾਹੇ ਉਹ ਗਰੀਬ ਆ, ਹਰ ਇੱਕ ਵਰਗ ਇਹਨਾਂ ਤੋਂ ਦੁਖੀ ਹੈ। ਇੰਡਸਟਰੀ ਸਾਰੀ ਦੀ ਸਾਰੀ ਪੰਜਾਬ ਤੋਂ ਬਾਹਰ ਚਲੀ ਗਈ, ਆਪਾਂ ਨੂੰ ਰੋਜ਼ਗਾਰ ਕਿੱਥੋਂ ਮਿਲੂਗਾ? ਅੱਜ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਤਾਂ ਉਹ ਰੋਜ਼ਗਾਰ ਦੀ ਹੈ। ਦੂਸਰੀ ਸਮੱਸਿਆ, ਹਰ ਰੋਜ਼ ਦਿਨ ਪ੍ਰਤੀ ਦਿਨ ਮੈਡੀਕਲ ਨਸ਼ਾ, ਕੈਮੀਕਲ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਫੈਲਾ ਰਹੇ ਨੇ, ਉਹਦੀ ਸਭ ਤੋਂ ਵੱਡੀ ਸਾਡੇ ਅਲਾਮਤ ਆ। ਸਾਡੇ ਕੈਪਟਨ ਸਾਹਿਬ ਨੇ ਵਾਅਦਾ ਕਰਿਆ ਕਿ 18 ਤੋਂ 35 ਸਾਲ ਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਭੱਤਾ ਦਿੱਤਾ ਜਾਊਗਾ 2500 ਰੁਪਇਆ, ਤਾਂ ਕਿ ਉਹ ਆਪਦਾ ਖਰਚਾ ਪਾਣੀ ਚਲਾ ਸਕਣ। ਅਤੇ ਜਿਹੜੀਆਂ ਪੈਨਸ਼ਨਾਂ ਨੇ ਇਹ ਸਰਕਾਰ ਨੇ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ 300 ਰੁਪਇਆ ਪੈਨਸ਼ਨ ਕਰੀ ਹੋਈ ਸੀ, ਅੱਜ ਤੱਕ ਉਹ ਪੈਨਸ਼ਨ
300 ਰੁਪਏ ਹੀ ਆ ਆ ਪਿਛਲੇ 2 ਮਹੀਨੇ ਜਿਨ੍ਹਾਂ ਨੇ ਸਿਰਫ ਵੋਟਾਂ ਕਰਕੇ 500 ਕਰੀ ਸੀ ਉਹ ਵੀ ਮੈਨੂੰ ਲੱਗਦਾ ਕਿਸੇ ਨੂੰ ਮਿਲੀ ਕਿਸੇ ਨੂੰ ਨਹੀਂ ਮਿਲੀ ਬਿਲਕੁਲ ਬਾਬਾ ਜੀ ਇਹ ਜ਼ਮੀਨ ਨਹੀਂ ਦਿੰਦੇ ਸਿਰਫ ਗੇੜੇ ਮਰਵਾਉਂਦੇ ਨੇ ਕਿਉਂਕਿ ਪੈਸਾ ਤਾਂ ਇਹਨਾਂ ਕੋਲ ਹੈ ਹੀ ਨਹੀਂ ਪੈਸਾ ਤਾਂ ਆੜਤੀਆਂ ਕੋਲ ਹਜੇ ਤੱਕ ਜਿਹੜੀ ਜੀਰੀ ਵਿਕੀ ਆ ਉਹਦਾ ਪੇਮੈਂਟ ਨਹੀਂ ਆਈ ਕਣਕਾਂ ਤਿਆਰ ਨੇ ਆਪਣੀਆਂ ਤੁਸੀਂ 2 ਮਹੀਨੇ ਹੜ ਕੇ ਲਾਈਨਾਂ ਚ ਲੱਗ ਕੇ ਜਦੋਂ ਦੀ ਕਣਕ ਦੀ ਬਿਜਾਈ ਖਤਮ ਹੋਈ ਆ ਤੁਸੀਂ ਨੇ 2 ਮਹੀਨੇ ਬੈਂਕਾਂ ਚ ਖੜੇ ਹੋ ਬੈਂਕਾਂ ਚ ਇੱਕ ਵੀ ਬੰਦਾ ਮੈਨੂੰ ਤੁਹਾਡੇ ਚੋਂ ਇਹੋ ਜਿਹਾ ਦਿਖਾ ਦਿਓ ਜਿਹਦੇ ਕੋਲੇ ਕਾਲਾ ਧਨ ਹੋਵੇ ਇਸ ਕਰਕੇ ਉਹ ਬੈਂਕ ਚ ਖੜਾ ਹੋਵੇ ਇਹ ਏਕਤਾ ਹੋਣੀ ਚਾਹੀਦੀ ਆਪਣੇ ਚ ਕਿਉਂਕਿ ਏਕਤਾ ਨਾਲ ਹੀ ਤਾਕਤ ਹੈ ਹਿੰਦੁਸਤਾਨ ਤੋਂ ਬਿਨਾਂ ਇੱਕ ਹੋਰ ਦੇਸ਼ 'ਚ ਇਹਨਾਂ ਨੇ ਨੋਟਬੰਦੀ ਲਾਗੂ ਕਰੀ ਸੀ ਉਹਨਾਂ ਨੂੰ ਦੂਜੇ ਦਿਨ ਵਾਪਸ ਲੈਣਾ ਪੈ ਗਿਆ ਆਪਾਂ ਚੁੱਪ ਕਰਕੇ ਲਾਈਨਾਂ 'ਚ ਲੱਗੇ ਰਹੇ ਆਪਾਂ ਤਕੜੇ ਨਹੀਂ ਹੋਏ ਜੇ ਆਪਾਂ ਤਕੜੇ ਹੁੰਦੇ ਤਾਂ ਇਹ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪੈਣਾ ਸੀ ਦਿਹਾੜੀਦਾਰ ਨੂੰ ਦਿਹਾੜੀ ਨਹੀਂ ਮਿਲਦੀ ਜਿਹੜਾ ਸਵੇਰੇ ਵਿਚਾਰਾ 2 ਵਕਤ ਦੀ ਰੋਟੀ ਕਮਾਉਣ ਜਾਂਦਾ ਕਿਉਂਕਿ ਕਿਸੇ ਦੀ ਜੇਬ 'ਚ ਪੈਸਾ ਹੈ ਹੀ ਨਹੀਂ ਵਪਾਰੀ ਦੁਕਾਨਾਂ ਖਾਲੀ ਰੱਖੀ ਬੈਠੇ ਨੇ ਵਿਚਾਰੇ ਉਹਨਾਂ ਕੋਲ ਕੋਈ ਗਾਹਕ ਜਾਂਦਾ ਹੀ ਨਹੀਂ ਤੁਸੀਂ 2000 ਲਈ ਰੋਜ਼ ਲੜ ਕੇ ਆਉਣੇ ਹੋ ਕੱਲ੍ਹ ਮੈਂ ਇੱਕ ਪਿੰਡ 'ਚ ਬੋਲ ਰਿਹਾ ਸੀ ਉਹ ਮੁੰਡਾ ਕਹਿੰਦਾ ਵੀ 2 ਦਿਨਾਂ ਬਾਅਦ 2000 ਰੁਪਇਆ ਮਿਲਿਆ ਜਦੋਂ ਬੈਂਕ ਤੋਂ ਬਾਹਰੇ ਆਇਆ ਮੇਰਾ 2500 ਰੁਪਏ ਦਾ ਸਾਈਕਲ ਚੱਕਿਆ ਗਿਆ ਹੁਣ ਦੱਸੋ ਗਰੀਬ ਬੰਦਾ ਕੀ ਕਰੂ ਕਿੱਥੇ ਜਾਊ ਅਜਿਹੀਆਂ ਦਿੱਕਤਾਂ ਨੇ ਅਜਿਹੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਇਹ ਸਰਕਾਰਾਂ ਨੇ ਲਿਆਂਦੀਆਂ ਹਰੇਕ ਵਰਗ ਦੁਖੀ ਆ ਹਰ ਰੋਜ਼ ਅਖਬਾਰਾਂ 'ਚ ਤੁਸੀਂ ਪੜ੍ਹਦੇ ਹੋ 2-3 ਮੌਤਾਂ ਹੋ ਰਹੀਆਂ ਨੇ ਸੁਸਾਈਡ ਕਰ ਰਹੇ ਨੇ ਕਿਸਾਨ ਕਿਉਂ ਕਰ ਰਹੇ ਨੇ ਕਿਉਂਕਿ ਸਾਨੂੰ ਸਾਡੀ ਫਸਲ ਦਾ ਸਹੀ ਟਾਈਮ ਤੇ ਮੁੱਲ ਨਹੀਂ ਮਿਲਦਾ ਅਸੀਂ ਜਿਹੜੀ ਗੰਨੇ ਦੀ ਫਸਲ ਬੀਜਦੇ ਹਾਂ ਇੱਕ ਸਾਲ ਤਾਂ ਮੈਨੂੰ ਹੋ ਗਿਆ ਇਹ ਦੇਖਦੇ ਨੂੰ ਵੀ ਉਹਨਾਂ ਨੇ ਧਰਨੇ ਪ੍ਰਦਰਸ਼ਨ ਕਰਕੇ ਆਪਦੀ ਫਸਲ ਦਾ ਮੁੱਲ ਲਿਆ ਪਹਿਲਾਂ ਤੁਸੀਂ ਸੁਸਾਇਟੀ ਤੋਂ ਕਰਜ਼ਾ ਲੈਂਦੇ ਹੋ ਫਿਰ ਫਸਲ ਉਗਾਉਂਦੇ ਹੋ ਫਿਰ ਬੀਜਦੇ ਹੋ ਫਿਰ ਉਹਨੂੰ ਵੇਚਦੇ ਹੋ ਫਿਰ ਜਿਹੜਾ ਉਹਦਾ ਮੁੱਲ ਆ ਤੁਹਾਨੂੰ ਸਾਲ ਬਾਅਦ ਮਿਲ ਰਿਹਾ ਉਹ ਵੀ ਧਰਨੇ ਲਾ ਕੇ ਆਪਾਂ ਨੂੰ ਆਪਦੇ ਹੱਕ ਵੀ ਧਰਨੇ ਲਾ ਲਾ ਕੇ ਮਿਲ ਰਹੇ ਨੇ ਆਪਣੇ ਧੂਰੀ 'ਚ ਚਾਹੇ ਤਾਂ ਉਹ ਟੋਲ ਪਲਾਜ਼ੇ ਦੀ ਗੱਲ ਹੋਵੇ ਚਾਹੇ ਉਹ ਜਹਾਂਗੀਰ ਵਾਲੇ ਪੁੱਲ ਦੀ ਗੱਲ ਹੋਵੇ ਚਾਹੇ ਉਹ ਰਾਜੂ ਮਾਜਰੇ ਵਾਲੇ ਪੁੱਲ ਦੀ ਗੱਲ ਹੋਵੇ ਚਾਹੇ ਉਹ ਧੂਰੀ ਵਾਲੇ ਬੱਸ ਅੱਡੇ ਦੀ ਗੱਲ ਹੋਵੇ ਤੁਹਾਡਾ ਇਹ ਬੱਚਾ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਜਿੱਥੇ ਵੀ ਤੁਹਾਨੂੰ ਲੋੜ ਪਈ ਆ ਇਸ ਬੱਚੇ ਨੇ ਹਮੇਸ਼ਾ ਜ਼ੁਲਮ ਦੇ ਵਿਰੁੱਧ ਆਪਦੀ ਆਵਾਜ਼ ਬੁਲੰਦ ਕਰੀ ਮੈਂ ਤਾਂ ਜਦੋਂ ਇੱਥੇ ਜੈਨਪੁਰ ਪਿੰਡ ਬਾਦਲ ਆਇਆ ਉਹਦੀ ਟਾਕੀ ਖੋਲ ਕੇ ਜੈਟ ਸਕਿਉਰਿਟੀ ਤੋੜ ਕੇ ਬਾਦਲ ਨੂੰ ਹੇਠਾਂ ਲਾ ਲਿਆ ਸੀ ਵੀ ਆਹ ਸਾਡੇ ਲੈਪਟਾਪ ਦੇ ਕੇ ਜਾ ਜਿਹੜਾ ਸਾਡੇ ਨਾਲ ਵਾਅਦਾ ਕਰਿਆ ਸੀ ਨੌਜਵਾਨਾਂ ਨੂੰ ਤੇ ਆ ਸਾਨੂੰ ਪੱਤਾ ਦੇ ਕੇ ਜਾ ਤੇ ਆ ਗਰੀਬਾਂ ਦੀਆਂ ਪੈਨਸ਼ਨਾਂ ਲਾ ਕੇ ਜਾ ਤੇ ਆ ਗਰੀਬਾਂ ਦੇ ਕੱਚੇ ਘਰਾਂ ਦੀਆਂ ਸਕੀਮਾਂ ਦੇ ਕੇ ਜਾ ਜਿਹੜਾ ਤੁਸੀਂ ਰੋਜ਼ ਬੋਲਦੇ ਹੋ ਇਹ ਸਰਕਾਰ ਇੰਨੀ ਮਾੜੀ ਸਰਕਾਰ ਆ ਆਪਾਂ ਸਵੇਰੇ ਉੱਠਦੇ ਹਾਂ ਸ਼ਾਮ ਨੂੰ ਪੈਂਦੇ ਹਾਂ ਉਹ ਸੱਲਾ ਤਾਲਾ ਦਾ ਨਾਂ ਲੈਂਦੇ ਹਾਂ ਜੇ ਆਪਾਂ ਛਿੱਕ ਵੀ ਮਾਰਦੇ ਹਾਂ ਤਾਂ ਸਤਨਾਮ ਵਾਹਿਗੁਰੂ ਜਾਂ ਜਿਹੜੇ ਵੀ ਧਰਮ ਦੀ ਆਪਾਂ ਗੱਲ ਕਰਦੇ ਹਾਂ ਆਪਾਂ ਉਹ ਧਰਮ ਦਾ ਨਾਂ ਲੈਂਦੇ ਹਾਂ ਇਹ ਬੰਦਿਆਂ ਨੇ ਉਹਨਾਂ ਦੀ ਵੀ ਦਿਆ ਆਪਾਂ ਜੇ ਮਸੀਹ ਜਾਂਦੇ ਹਾਂ ਗੁਰਦੁਆਰੇ ਜਾਂਦੇ ਹਾਂ ਤਾਂ ਦੂਰੋਂ ਮੱਥਾ ਟੇਕਦੇ ਹਾਂ ਵੀ ਕਿਤੇ ਨਿਰਾਦਰ ਨਾ ਹੋ ਜਾਵੇ ਕਿਤੇ ਕੋਈ ਆਪਣੇ ਤੋਂ ਗਲਤੀ ਨਾ ਹੋ ਜਾਵੇ ਪਰ ਇਹ ਸਰਕਾਰ ਨੇ ਸਾਡੇ ਧਾਰਮਿਕ ਗ੍ਰੰਥਾਂ ਦਾ ਵੀ ਮਜ਼ਾਕ ਉਡਾ ਜਿਹਨਾਂ ਨੂੰ ਆਪਾਂ ਗੁਰੂ ਮੰਨਦੇ ਤਾਂ ਇਹ ਸਰਕਾਰ ਕਿਵੇਂ ਕਾਮਯਾਬ ਹੋ ਸਕਦੀ MP ਦੀ ਗੱਲ ਕਰਦਾ ਪਿਛਲੀ ਵਾਰ ਬਹੁਤ ਲੋਕਾਂ ਨੇ ਸਾਰਿਆਂ ਨੇ ਬੜੀਆਂ ਵੱਧ ਚੜ ਕੇ ਵੋਟਾਂ ਪਾਈਆਂ ਆਮ ਆਦਮੀ ਨੂੰ ਸ਼ਾਇਦ ਐਂ ਸੀਗਾ ਵੀ ਕੋਈ ਬਦਲਾਅ ਲੈ ਕੇ ਆਉਂਦੇ ਤੇ ਮੈਂ ਇੱਕ ਗਰੰਟੀ ਦਿੰਦਾ ਤੇ ਤੁਸੀਂ ਵੀ ਇੱਕ ਜਣਾ ਵਿੱਚੋਂ ਬਾਹਰ ਖੜੀ ਕਰਕੇ ਦਿਖਾ ਦਿਓ ਵੀ ਭਗਵੰਤ ਮਾਨ ਨੂੰ ਵੋਟਾਂ ਤੋਂ ਬਾਅਦ ਤੁਸੀਂ ਨੇ ਪਿੰਡ 'ਚ ਜਾਂ ਸ਼ਹਿਰ 'ਚ ਕਿਤੇ ਦੇਖਿਆ ਹੋਵੇ ਸਿਰਫ ਇੱਕ ਵਾਰ ਆਇਆ ਉਹ ਵੀ ਆ ਜੱਸੀ ਸੇਖੋਂਗੇ ਰੋਡ ਸ਼ੋਅ 'ਚ ਉਦੋਂ ਬਿਨਾਂ ਇਹ ਹਲਕੇ 'ਚ ਪੈਰ ਨਹੀਂ ਪਾਇਆ ਅਜੇ 2.5 ਸਾਲ ਹੋ ਗਏ ਬੇਨੜਾ ਪਿੰਡ ਉਹਨੇ ਗੋਦ ਲਿਆ ਹੋਇਆ ਜਾ ਕੇ ਆਪ ਦੇਖ ਲਿਓ ਵੀ ਬੇਨੜੇ ਦਾ ਹਾਲ ਕੀ ਆ ਪਰ ਇਸ ਵਾਰ ਇਹ ਗਲਤੀ ਨਾ ਕਰਿਓ ਇਸ ਵਾਰ ਦੁਬਾਰਾ ਗਲਤੀ ਨਾ ਕਰਿਓ ਨਹੀਂ ਤਾਂ ਆਪਾਂ ਨੂੰ ਪਛਤਾਉਣਾ ਪਊਗਾ MP ਦੇ ਕੰਮ ਹੁੰਦੇ ਨੇ ਜਿਵੇਂ ਵਿਜੇਂਦਰ ਸਿੰਗਲਾ ਨੇ ਕਰਿਆ ਜੇ PGI ਲਿਆਂਦਾ ਤਾਂ ਆਪਣੇ ਹਲਕੇ ਨੂੰ ਕੀ ਸਾਰੇ ਪੰਜਾਬ ਨੂੰ ਉਹਦੇ 'ਤੇ ਮਾਣ ਆ ਕਿ ਸਾਡੇ ਲਈ ਕਿਹੋ ਜਿਹਾ ਹਸਪਤਾਲ ਲੈ ਕੇ ਆਇਆ ਜਿਹਦੇ 'ਚ ਗਰੀਬ ਬੰਦਾ ਦਾ ਇਲਾਜ ਹੋ ਸਕੇ ਹਜ਼ਾਰਾਂ ਬੰਦੇ ਨੂੰ ਉੱਥੇ ਨੌਕਰੀ ਮਿਲੂਗੀ ਇੱਕ ਬੰਜਰ ਪਈ ਜ਼ਮੀਨ ਨੂੰ
ਉਹਨੇ ਇੱਕ ਮਾਰਕੀਟ ਬਣਾਤੀ। ਹਰੇਕ ਧਰਮ ਦਾ ਆਦਰ ਮਾਣ ਸਤਿਕਾਰ ਕਰਕੇ ਉਹਨੇ ਟ੍ਰੇਨਾਂ ਚਲਵਾਈਆਂ, ਚਾਹੇ ਉਹ ਮੁਸਲਿਮ ਭਾਈਚਾਰਾ ਚਾਹੇ ਉਹ ਸਿੱਖ ਭਾਈਚਾਰਾ। ਉਦੋਂ ਤੋਂ ਸ਼ਤਾਬਦੀ ਚਲਾਈਆਂ ਦਿੱਲੀ ਤੱਕ, ਅੱਜ ਤੱਕ ਕਦੇ ਨਹੀਂ ਸੀ ਇਹ ਹੋਇਆ। ਟਰਫ ਗਰਾਊਂਡ ਬਣਾਇਆ ਉਹਨੇ ਸੰਗਰੂਰ ਦੇ ਵਿੱਚ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਇਹ ਆਮ ਆਦਮੀ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣਗੇ, ਇਹਨਾਂ ਤੋਂ ਇੱਕ ਗੱਲ ਜ਼ਰੂਰ ਪੁੱਛਿਓ ਵੀ ਬਾਂਹ ਖੜੀ ਕਰਕੇ ਦੱਸੋ ਤੁਸੀਂ ਹਲਕੇ ਲਈ ਇੱਕ ਵੀ ਕੰਮ ਕਰਿਆ ਹੋਵੇ, ਇੱਕ ਵੀ ਕੰਮ। ਪੰਜ ਚਾਰ ਪਿੰਡਾਂ 'ਚ ਲਾਈਟਾਂ ਦਿੱਤੀਆਂ ਨੇ ਜਾਂ ਟੇਬਲ ਦਿੱਤੇ ਨੇ। ਪਹਿਲਾਂ ਇਹੀ ਭਗਵੰਤ ਮਾਨ ਤਵਾ ਲਾਉਣਾ ਹੁੰਦਾ ਸੀ ਢੀਂਡਸੇ 'ਤੇ, ਵੀ ਢੀਂਡਸੇ ਨੇ ਲਾਈਟਾਂ ਦੇਤੀਆਂ ਵੀ ਰਾਤ ਨੂੰ ਬੇਰੁਜ਼ਗਾਰ ਬੰਦੇ ਬੈਠ ਕੇ ਤਾਸ਼ ਖੇਡੀ ਜਾਣਗੇ। ਮੈਂ ਇਹ ਤੋਂ ਪੁੱਛਣਾ ਚਾਹੁੰਦਾ ਵੀ ਇਹਨੇ ਵੀ ਉਹੀ ਕੰਮ ਕਰਿਆ, ਹੋਰ ਕੀ ਕਰਤਾ ਇਹਨੇ? ਟੇਬਲ 'ਤੇ ਲਾਈਟਾਂ ਹੀ ਇਹਨੇ ਵੰਡੀਆਂ ਨੇ। ਸਿਰਫ ਆਮ ਆਦਮੀ ਆਪਦੇ ਆਪ ਨੂੰ ਕਹਿਣ ਨਾਲ ਆਮ ਆਦਮੀ ਨਹੀਂ ਬਣ ਜਾਂਦਾ। ਸੋਚ ਹੋਣੀ ਚਾਹੀਦੀ ਹੈ ਤੁਹਾਡੇ, ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ। ਸਿਰਫ ਆਪਾਂ ਭਗਤ ਸਿੰਘ ਦੀ ਫੋਟੋ ਲਾ ਕੇ ਉਹਦੀ ਸੋਚ ਦੀ ਬਰਾਬਰੀ ਨਹੀਂ ਕਰ ਸਕਦੇ। ਪੀਲੀ ਪੱਗ ਬੰਨਣ ਨਾਲ ਕੋਈ ਬੰਦਾ ਭਗਤ ਸਿੰਘ ਨਹੀਂ ਬਣ ਜਾਂਦਾ। ਭਗਤ ਸਿੰਘ ਸੋਚ ਸੀ ਜੋ ਸਾਡੇ ਦਰਮਿਆਨ ਅੱਜ ਵੀ ਹੈ। ਭਗਤ ਸਿੰਘ ਦੀ ਸੋਚ ਇਹ ਸੀ ਕਿ ਹਰੇਕ ਮਜ਼ਲੂਮ ਬੇਸਹਾਰਾ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰੀ ਜਾਵੇ। ਉਹ ਸੋਚ ਨੂੰ ਭਗਤ ਸਿੰਘ ਕਿਹਾ ਜਾਂਦਾ, ਤੇ ਉਹ ਸੋਚ ਤੇ ਪਹਿਰਾ ਮੈਂ ਬਾਖੂਬੀ ਦਿੱਤਾ। ਚਾਹੇ ਉਹ ਕੋਈ ਵੀ ਮੁੱਦਾ ਹੋਵੇ, ਚਾਹੇ ਉਹ ਟੋਲ ਪਲਾਜ਼ੇ ਦਾ ਮੁੱਦਾ ਹੋਵੇ, ਚਾਹੇ ਧੂਰੀ ਬੱਸ ਅੱਡੇ ਦਾ ਮੁੱਦਾ ਹੋਵੇ, ਚਾਹੇ ਉਹ ਦੁਗਣੀ ਪਿੰਡ ਦੇ ਪਾਣੀ ਦੀ ਗੱਲ ਹੋਵੇ, ਕਿਸੇ ਵੀ ਗੱਲ 'ਚ ਮੈਂ ਤੁਹਾਡੇ ਤੋਂ ਮੰਗਤ ਨਹੀਂ ਹਟਿਆ। ਜੇ ਮੈਨੂੰ ਟਿਕਟ ਮਿਲੀ ਆ ਤਾਂ ਲੋਕਾਂ ਦੇ ਦੁਆਵਾਂ ਸਦਕੇ, ਉਹਨਾਂ ਦੇ ਕੀਤੇ ਹੋਏ ਕੰਮਾਂ ਸਦਕੇ ਮੈਨੂੰ ਟਿਕਟ ਮਿਲੀ ਆ, ਨਾ ਕਿ ਮੈਂ ਕਿਸੇ ਵੱਡੇ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਮੈਂ ਅੱਜ ਤੱਕ ਆਪਦੀ ਜੀਵਨ ਦੇ ਵਿੱਚ ਸੰਘਰਸ਼ੀ ਕਰਿਆ। ਪਹਿਲਾਂ ਮੈਂ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਸੀ ਜਨਰਲ, ਫਿਰ ਮੈਂ ਜਨਰਲ ਸਕੱਤਰ ਬਣਿਆ ਪੰਜਾਬ ਦਾ, ਫਿਰ ਮੈਂ ਹਿੰਦੁਸਤਾਨ ਦਾ ਕੋਆਰਡੀਨੇਟਰ ਬਣਿਆ। ਅੱਜ ਮੈਨੂੰ ਪਾਰਟੀ ਨੇ ਮਾਣ ਦਿੱਤਾ ਧੂਰੀ ਤੋਂ ਟਿਕਟ ਦੇ ਕੇ। ਜਿਹੜਾ ਬੰਦਾ ਪਿਛਲੇ 10 ਸਾਲਾਂ ਤੋਂ ਤੁਹਾਡੇ ਲਈ ਕੰਮ ਕਰ ਰਿਹਾ, ਹੁਣ ਜਦੋਂ ਉਹਦੇ ਹੱਥ 'ਚ ਪਾਵਰ ਆਊਗੀ ਤਾਂ ਮੇਰੇ ਵੀ ਹੌਸਲੇ ਬੁਲੰਦ ਹੋਣਗੇ। ਇੱਕ ਚੀਜ਼ ਮੈਂ ਖਤਮ ਕਰਨੀ ਚਾਹੂੰਗਾ ਪੁਰਾਣੇ ਲੀਡਰਾਂ ਲਈ, ਵੋਟਾਂ ਵੇਲੇ ਤਾਂ ਹਰੇਕ ਤੁਹਾਡੇ ਪਿੰਡ 'ਚ ਆਉਂਦਾ, ਵੋਟਾਂ ਤੋਂ ਬਾਅਦ ਤੁਹਾਡੇ ਪਿੰਡ 'ਚ ਕੋਈ ਦੁਬਾਰੇ ਨਹੀਂ ਆਉਂਦਾ। ਪਰ ਮੈਂ ਵੋਟਾਂ ਤੋਂ ਪਹਿਲਾਂ ਵੀ ਤੁਹਾਡੇ ਪਿੰਡ 'ਚ ਆਉਂਦਾ ਸੀ ਅਤੇ ਜਿਤਨੇ ਵੋਟਾਂ ਤੋਂ ਬਾਅਦ ਮੈਂ ਜਿੱਤ ਗਿਆ, ਇਸੇ ਥੜੀ 'ਤੇ ਖੜ ਕੇ ਤੁਹਾਡੇ ਤੋਂ ਆ ਕੇ ਪੁੱਛੂੰਗਾ ਵੀ ਦੱਸੋ ਦੁਗਣੀ ਵਾਲਿਓ ਵੀ ਹੁਣ ਦੱਸੋ ਤੁਸੀਂ ਨੇ ਪਿੰਡ ਲਈ ਕੀ ਕਰਵਾਉਣਾ। ਇਹ ਮੇਰਾ ਤੁਹਾਡੇ ਨਾਲ ਵਾਅਦਾ, ਜੇ ਮੈਂ ਨਾ ਆਇਆ ਤਾਂ ਮੇਰਾ ਪਿੰਡ ਦੇ ਬਾਹਰ ਬਾਈਕਾਟ ਦਾ ਬੋਰਡ ਲਾ ਦਿਓ। ਇਦੋਂ ਉੱਤੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਗੋਲਡੀ ਦਾ ਮਨ ਹੈ ਬਈ ਪਿੰਡ 'ਚ ਆਉਣਾ, ਕਿਉਂਕਿ ਤੁਹਾਡੇ ਨਾਲ ਮੇਰੇ ਭਾਈਆਂ ਵਾਲੇ ਸੰਬੰਧ ਨੇ, ਹਰੇਕ ਪਿੰਡ 'ਚ ਮੇਰੀ ਰਿਸ਼ਤੇਦਾਰੀ ਆ, ਮੇਰਾ ਪਿੰਡ ਵੀ ਇੱਥੇ ਆ, ਮੇਰੇ ਨਾਨਕੇ ਵੀ ਇੱਥੇ ਨੇ। ਤੁਸੀਂ ਹੱਕ ਆ ਤੁਹਾਨੂੰ ਮੇਰੇ 'ਤੇ ਮੇਰਾ ਕੰਨ ਫੜ ਕੇ ਕੰਮ ਕਰਾਉਣ 'ਚ, ਕਿਉਂਕਿ ਤੁਸੀਂ ਨੇ ਹੀ ਮੈਨੂੰ ਤਾਕਤ ਦਿੱਤੀ ਆ। ਲੋਕਾਂ ਦੀ ਤਾਕਤ ਨਾਲ ਹੀ ਲੀਡਰ ਬਣਦਾ, ਪਰ ਇਹ ਲੀਡਰ ਬਾਅਦ 'ਚ ਭੁੱਲ ਜਾਂਦੇ ਨੇ ਕਿ ਲੋਕਾਂ ਲਈ ਅਸੀਂ ਨੇ ਕੀ ਵਾਅਦੇ ਕਰੇ। ਹੁਣ ਸਮਾਂ ਆ ਗਿਆ, ਇਲੈਕਸ਼ਨ ਦਾ ਟਾਈਮ ਆ, ਤਕੜੇ ਹੋ ਜਾਓ। ਬਹੁਤ ਦੁਆਵਾਂ ਨਾਲ ਆਪਾਂ ਨੂੰ ਇਹ ਟਿਕਟ ਮਿਲੀ ਆ, ਹੁਣ ਤਕੜੇ ਹੋ ਜਾਓ। ਇੱਕ ਇੱਕ ਪਿੰਡ, ਇੱਕ ਇੱਕ ਘਰੇ ਸੁਨੇਹਾ ਲਾਵੋ ਕਿ ਪੂਰੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬਣੇ, ਤਾਂ ਕਿ ਜਿਹੜੀ ਆਪਣੇ ਪੰਜਾਬ ਦੀ ਤਰੱਕੀ ਦੀ ਨੀਹਾਂ ਤੋਂ ਗੱਡੀ ਉਤਰੀ ਹੋਈ ਆ ਉਹਨੂੰ ਦੁਬਾਰੇ ਨੀਹਾਂ 'ਤੇ ਲਿਆਂਦਾ ਜਾਵੇ। ਕਿਸੇ ਟਾਈਮ ਪੰਜਾਬ ਦਾ ਜਿਹੜਾ ਸ਼ੇਰ ਹੁੰਦਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ, ਇੱਕ ਮੈਨੂੰ ਲਾਈਨ ਯਾਦ ਆ ਵੀ 1.25 ਲੱਖ ਸੇ ਇੱਕ ਲੜਾਊਂ ਤਵੀ ਗੋਬਿੰਦ ਨਾਮ ਕਹਾਊਂ। ਆਪਣੇ ਤਾਂ ਜਿਹੜੇ ਆ ਤੁਸੀਂ ਯੋਧੇ ਹੋ, ਇਕੱਲਾ ਇਕੱਲਾ ਬੰਦਾ ਲੜਨ ਵਾਲਾ, ਇਕੱਲਾ ਇਕੱਲਾ ਬੰਦਾ ਹਿੰਮਤ ਰੱਖਦਾ ਆਪਣੇ 'ਚ ਲੜਾਈ ਕਰਨ ਵਾਲੀ, ਤਾਂ ਆਪਾਂ ਨੇ ਤਾਂ ਲੜਾਈ ਕਰਨੀ ਆ ਹਰੇਕ ਜ਼ੁਲਮ ਦੇ ਪ੍ਰਤੀ, ਜ਼ੁਲਮ ਦੇ ਉਲਟ। ਪੈਨਸ਼ਨਾਂ ਪੁਨਸ਼ਨਾਂ ਵਾਲੀ ਤਾਂ ਤੁਸੀਂ ਗੱਲ ਹੀ ਛੱਡ ਦਿਓ, ਜੇ ਉਰੇ ਕੈਂਪ ਲਾ ਕੇ ਨਾ ਪੈਨਸ਼ਨਾਂ ਲਾਈਆਂ ਤਾਂ ਮੈਨੂੰ ਗੋਲਡ ਹੀ ਨਾ ਕਹੋ ਤੁਸੀਂ। ਸਾਡੇ ਰਾਜਾ ਬਣੇਗੇ ਇੱਕ ਗੱਲ ਸੁਣਾਉਂਦੇ ਸੀ, ਕਹਿੰਦੇ ਵੀ ਹਰਿਆਣੇ 'ਚ 2000 ਰੁਪਇਆ ਪੈਨਸ਼ਨ ਆ ਪਰ ਆਪਣੇ ਬਜ਼ੁਰਗਾਂ ਦੀ 300 ਰੁਪਇਆ ਪੈਨਸ਼ਨ ਆ। ਉਹ ਪੁੱਛਣ ਲੱਗੇ, ਕਹਿੰਦੇ ਵੀ ਕਿਸੇ ਦੇ ਘਰੇ ਬੱਕਰੀ ਰੱਖੀ ਹੋਈ ਹੈਗੀ? ਉਹ ਕਹਿੰਦੇ ਜੀ ਹੈਗੀ। ਕਹਿੰਦਾ ਵੀ ਰੋਜ਼ ਕਿੰਨੇ ਰੁਪਈਆਂ ਦਾ ਹਰਾ ਚਾਰਾ ਖਾਂਦੀ ਆ? ਉਹ ਕਹਿੰਦਾ ਜੀ 10 ਰੁਪਈਆਂ ਦਾ। ਕਹਿੰਦਾ ਵੀ ਮਹੀਨੇ ਦਾ ਕਿੰਨਾ ਹੋ ਗਿਆ? ਕਹਿੰਦਾ ਜੀ 300।
ਕਹਿੰਦਾ ਫਿਰ ਤਾਂ ਸਾਡੇ ਬਜ਼ੁਰਗ ਬੱਕਰੀ ਦੇ ਬਰਾਬਰ ਹੋਏ ਨਾ, ਵੀ ਉਹ ਵੀ 300 ਦਾ ਖਾਂਦੀਆਂ ਤੇ ਸਾਡੇ ਬਜ਼ੁਰਗ 300 ਦਾ ਖਾਂਦੇ। 300 ਦਾ ਅੱਜ ਕੱਲ੍ਹ ਬਣਦਾ ਕੀ ਆ? ਤਾਂ ਇਹੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਕੈਪਟਨ ਸਾਹਿਬ ਨੇ ਵਾਅਦਾ ਕਰਿਆ ਵੀ ਹਰੇਕ ਬਜ਼ੁਰਗ ਦੀ ਪੈਨਸ਼ਨ 2000 ਰੁਪਇਆ ਕਰਾਂਗੇ। ਪਰ ਇਹ ਸਾਰੀਆਂ ਚੀਜ਼ਾਂ ਤਾਂ ਹੋਣਗੀਆਂ ਜੇ ਆਪਣੇ ਪੰਜਾਬ 'ਚ ਕਾਂਗਰਸ ਸਰਕਾਰ ਆਊਗੀ। ਆਲੇ ਦੁਆਲੇ ਜਿੰਨੀਆਂ ਵੀ ਸੀਟਾਂ ਨੇ, ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ, ਉਹਨਾਂ ਨੂੰ ਕਹੋ ਕਿ ਆਪਦੀ ਇੱਕੋ ਇੱਕ ਜਿਹੜੀ ਵੋਟ ਆ ਉਹ ਹੱਥ ਪੰਜੇ ਦੇ ਨਿਸ਼ਾਨ 'ਤੇ ਲਾ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ, ਤਾਂ ਕਿ 2017 ਦੇ ਵਿੱਚ ਆਪਾਂ ਕੈਪਟਨ ਸਾਹਿਬ ਦੀ ਸਰਕਾਰ, ਆਪਾਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਬਣਾ ਸਕੀਏ। ਇੰਨਾ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਮੈਂ ਆਗਿਆ ਲੈਣਾ, ਫਿਰ ਦੁਬਾਰੇ ਆਊਂਗਾ ਇਸ ਪਿੰਡ ਦੇ ਵਿੱਚ, ਕਿਉਂਕਿ ਇਹ ਪਿੰਡ ਨਾਲ ਮੇਰਾ ਪਿਆਰ ਮੇਰਾ ਰਿਸ਼ਤਾ ਹੈਗਾ, ਤੁਹਾਨੂੰ ਸਾਰਿਆਂ ਨੂੰ ਪਤਾ। ਤੇ ਤੁਹਾਡੀਆਂ ਵੀ ਹੁਣ ਮੈਨੂੰ ਹਰੇਕ ਬੰਦੇ ਦੀ ਜ਼ਿੰਮੇਵਾਰੀ ਆ, ਇੱਕ ਆਮ ਇਨਸਾਨ ਨੂੰ ਟਿਕਟ ਮਿਲੀ ਆ, ਜੇ ਐਤਕੀ ਕਿਤੇ ਗਲਤੀ ਹੋ ਗਈ ਆਪਾਂ ਹਾਰ ਗਏ, ਮੁੜ ਕੇ ਆਮ ਬੰਦੇ 'ਤੇ ਯਕੀਨ ਨਹੀਂ ਆਉਣਾ, ਨਾ ਕਿਸੇ ਨੇ ਟਿਕਟ ਦੇਣੀ ਆ। ਇੱਕ ਗੱਲ ਇਹ ਮੇਰੀ ਯਾਦ ਰੱਖ ਲਿਓ, ਅਤੇ ਦੂਜੇ ਦੋਨੇ ਨੇ ਜਿਹੜੇ ਉਹ ਧਨਾੜ ਨੇ, ਇੱਕ ਗਰੀਬ ਅਤੇ ਅਮੀਰ ਦੀ ਲੜਾਈ ਆ, ਅਤੇ ਛੱਡਦਾ ਮੈਂ ਵੀ ਕੁਝ ਨਹੀਂ, ਅਤੇ ਜ਼ੋਰ ਮੈਂ ਵੀ ਪੂਰਾ ਲਾ ਦੂੰ, ਪਰ ਹਿੰਮਤ ਥੋੜ੍ਹੇ ਦੀ ਨਹੀਂ। ਆ ਜਿਹੜੀ ਟਰੈਕਟਰਾਂ ਵਾਲੀ ਕੰਪਨੀ ਵਾਲੇ ਨੂੰ ਟਿਕਟ ਦਿੱਤੀ ਹੈ ਨਾ, ਇਹ ਕਬੱਡੀ ਕੱਪ 'ਚ ਟਰੈਕਟਰ ਦਿੰਦਾ ਹੁੰਦਾ ਬਾਦਲ ਹੋਰਾਂ ਨੂੰ, ਉਹਦੇ ਬਦਲੇ ਟਿਕਟ ਮਿਲੀ ਆ। ਧੂਰੀ 'ਚ ਇੱਕ ਬੰਦਾ ਨਹੀਂ ਇਹਨੂੰ ਜਾਣਦਾ, ਅੱਜ ਇਹ ਨਾਭੇ ਤੋਂ ਆਪਦੇ ਵਰਕਰਾਂ ਨੂੰ ਲੈ ਕੇ ਧੂਰੀ 'ਚ ਵੜੇ ਆ। ਪਹਿਲਾਂ ਤਾਂ ਟਟੋਗਲ ਕਾਲੀਆਂ ਝੰਡੀਆਂ ਦਿਖਾਈਆਂ, ਫਿਰ ਧਾਂਦਰੇ ਗੱਡੀਆਂ ਰੋਕ ਲਈਆਂ, ਅੱਧਾ ਕਾਬਲ ਤਾਂ ਡਰ ਕੇ ਮੰਗ ਲਈ ਮੁੜ ਗਿਆ। ਹੁਣ ਤੁਸੀਂ ਸਮਝਦਾਰ ਹੋ, ਆ ਇਹਨਾਂ ਤੋਂ ਹੱਥ ਖੜਾ ਕੇ ਦੋਨੇ ਕੈਂਡੀਡੇਟਾਂ ਤੋਂ ਪੁੱਛ ਲਿਓ ਵੀ ਜੇ ਤਾਂ ਸਾਡੇ ਪਿੰਡ ਲਈ, ਜੇ ਸਾਡੇ ਹਲਕੇ ਲਈ ਇਹਨਾਂ ਨੇ ਟਿਕਟ ਮਿਲਣ ਤੋਂ ਪਹਿਲਾਂ ਇੱਕ ਵੀ ਕੰਮ ਕਰਿਆ ਹੋਵੇ, ਇੱਕ ਵੀ ਕੰਮ ਦੋਨੇ ਕੈਂਡੀਡੇਟਾਂ ਤੋਂ, ਜਿਨ੍ਹਾਂ ਨੇ ਇੱਕ ਵੀ ਹਲਕੇ ਲਈ ਕੰਮ ਕਰਿਆ, ਤਾਂ ਤੁਸੀਂ ਸਾਰੀਆਂ ਵੋਟਾਂ ਇਹਨਾਂ ਨੂੰ ਪਾ ਦਿਓ। ਜੇ ਕੰਮ 'ਚ, ਪੜ੍ਹਾਈ 'ਚ ਤੁਹਾਡੇ ਨਾਲ, ਰਿਸ਼ਤਿਆਂ 'ਚ ਜੇ ਤੁਹਾਡਾ ਇਹ ਭਰਾ ਤਗੜਾ, ਤਾਂ ਤੁਸੀਂ ਆਪਦੇ ਭਰਾ ਨੂੰ ਟਿਕਟ ਪਾਉਣੀ, ਵੋਟ ਪਾਉਣੀ। ਇੰਨਾ ਕਹਿੰਦਾ ਹੋਇਆ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਿਓ, ਸਾਰਿਆਂ ਨੇ ਏਕੇ ਨਾਲ ਰਹਿਣਾ, ਮੇਰਾ ਕੰਮ ਤੁਹਾਨੂੰ ਜੋੜਨਾ, ਮੇਰਾ ਕੰਮ ਤੁਹਾਨੂੰ ਤੋੜਨਾ ਨਹੀਂ ਹੈਗਾ। ਲਾਸਟ 'ਚ ਇੱਕੋ ਗੱਲ ਕਹੂੰਗਾ, ਮੈਂ ਇਸ ਪੰਜਾਬ 'ਚੋਂ ਨਸ਼ਾ ਖਤਮ ਕਰਨ ਦਾ ਇੱਕ ਬੀੜਾ ਚੁੱਕਿਆ ਸਾਡੇ ਕੈਪਟਨ ਸਾਹਿਬ ਨੇ, ਅਤੇ ਮੈਂ ਵੀ ਉਹਦੀ ਹਾਮੀ ਭਰਦਾ। ਮੈਂ ਵੋਟਾਂ ਦੇ ਵਿੱਚ ਇੱਕ ਵੀ ਪਊਆ ਵੀ ਦਾਰੂ ਦਾ ਕਿਸੇ ਪਿੰਡ 'ਚ ਨਹੀਂ ਭੇਜਣਾ, ਕਿਉਂਕਿ ਮੈਂ ਦਾਰੂ ਪਿਆ ਕੇ ਵੋਟਾਂ ਨਹੀਂ ਲੈਣਾ ਚਾਹੁੰਦਾ, ਮੈਂ ਕੰਮ ਦੇ ਸਿਰ 'ਤੇ ਵੋਟਾਂ ਲੈਣਾ ਚਾਹੁੰਦਾ। ਕਿਉਂਕਿ ਜਦੋਂ ਵੋਟਾਂ ਵਾਲੀ ਦਾਰੂ ਘਰੇ ਆਉਂਦੀ ਆ, ਤਾਂ ਰਾਤ ਨੂੰ ਸਿਰਫ ਲੜਾਈ ਹੁੰਦੀ ਆ, ਉਹ ਤੋਂ ਬਿਨਾਂ ਹੋਰ ਕੁਛ ਨਹੀਂ ਹੁੰਦਾ, ਇਹ ਤੁਸੀਂ ਵੀ ਸਾਰੀ ਚੰਗੀ ਤਰ੍ਹਾਂ ਜਾਣਦੇ ਹੋ। ਇੱਕ ਵੀ ਰੁਪਈਆ ਨਾ ਤਾਂ ਅੱਜ ਤੱਕ ਕਿਸੇ ਕੰਮ ਕਰਾਉਣ ਦਾ ਲਿਆ, ਅਤੇ ਨਾ ਹੀ ਕਰੇ ਜ਼ਿੰਦਗੀ 'ਚ ਲਵਾਂ। ਮੈਂ ਤੁਹਾਡਾ ਕੰਮ, ਜੇ ਮੈਥੋਂ ਇਮਾਨਦਾਰੀ ਅਤੇ ਸੱਚਾਈ ਦੀ ਲੜਾਈ ਮੈਂ ਤਾਂ ਤੁਸੀਂ ਲੜਨਾ ਚਾਹੁੰਦੇ ਹੋ, ਤਾਂ ਫਿਰ ਹੁਣ ਚੋਣ ਮੈਦਾਨ 'ਚ ਆ ਜਾਓ, ਡਟ ਕੇ ਆ ਜਾਓ। ਦਿਨ ਸਾਰੇ 20 ਰਹਿ ਗਏ ਨੇ, ਦਿਨ ਘੱਟ ਰਹੇ ਨੇ, ਅਤੇ ਸਾਰੀਆਂ ਰਿਸ਼ਤੇਦਾਰੀਆਂ 'ਚ, ਸਾਰੇ ਮਿੱਤਰਾਂ 'ਚ ਸੁਨੇਹੇ ਲਾਓ ਕਿ ਆਪਾਂ ਆਪਦੇ ਭਰਾ ਨੂੰ, ਆਪਾਂ ਆਪਦੇ ਬੱਚੇ ਗੋਲਡੀ ਨੂੰ ਐਤਕੀ ਤੋਂ ਵੱਧ ਵੋਟਾਂ ਨਾਲ ਜਿਤਾਈਏ, ਤਾਂ ਕਿ ਆਪਣੀ ਸਰਕਾਰ ਬਣ ਸਕੇ। ਧੰਨਵਾਦ।